ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਭ ਦੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮੈਂ ਵੀ ਬਿਲਕੁਲ ਠੀਕ ਠਾਕ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾ ਹੋਣ ਜੀ ਹੈਪੀ ਨਿਊ ਈਅਰ ਟੂ ਆਲ ਤੇ ਹਾਂਜੀ ਨਵਾਂ ਸਾਲ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੰਦਰੁਸਤੀਆਂ ਵਾਖੇ ਮਹਾਰਾਜ ਜਿਨ੍ਹਾਂ ਦੇ ਕੋਈ ਕਾਰਜ ਅਧੂਰੇ ਰਹਿੰਦੇ ਨੇ ਉਹ ਸਾਰੇ ਪੂਰੇ ਹੋਣ ਤੁਹਾਡੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਜੀ ਹਾਂਜੀ ਦੋਸਤੋ ਠੰਡ ਬਹੁਤ ਜ਼ਿਆਦਾ ਮੈਂ ਬੈਠਿਆ ਰਜਾਈ ਦੇ ਵਿੱਚ ਦੇਖੋ ਬਾਹਰ ਨਿਕਲੋ ਤਾਂ ਜੀਨੀ ਕਰਦਾ ਹੁਣ ਦੋ ਤਿੰਨ ਦਿਨ ਤੋਂ ਸੂਰਜ ਬਿਲਕੁਲ ਨਹੀਂ ਦਿਸਿਆ ਹੈਗਾ ਠੰਡ ਦੇਖ ਲਓ ਬਹੁਤ ਜ਼ਿਆਦਾ ਹਾਈ ਹੋ ਗਈ ਹੁਣ ਤਾਂ ਇਸ ਟਾਈਮ ਤੇ ਆ ਕੇ ਹੁਣ ਤੱਕ ਤਾਂ ਕੋਈ ਜ਼ਿਆਦਾ ਠੰਡ ਪਈ ਨਹੀਂ ਸੀਗੀ ਪਰ ਹੁਣ ਠੰਡ ਨੇ ਬਹੁਤ ਜ਼ੋਰ ਫੜ ਲਿਆ ਬਸ ਫਿਰ ਹੁਣ ਕੰਮ ਕਰਦੇ ਆ ਤੇ ਜਾਈਚ ਵੜ ਜਾਂਦੇ ਆ ਧੁੱਪੇ ਬੈਠਣ ਨੂੰ ਤਾਂ ਹੁਣ ਹੈ ਨਹੀਂਗਾ ਧੁੱਪ ਹੁੰਦੀ ਤਾਂ ਫਿਰ ਬਾਹਰ ਬੈਠੇ ਰਹਿੰਦਾ ਵਾ ਮੁੰਜਿਆ ਤੇ ਧੁੱਪ ਦੇ ਵਿੱਚ ਤੇ ਹਾਂਜੀ ਦੋਸਤੋ ਕਾਫੀ ਦਿਨਾਂ ਤੋਂ ਕੋਈ ਵੀਡੀਓ ਨਹੀਂ ਪਾਈ ਹੈਗੀ ਤੇ ਇੱਕ ਤਾਂ ਸ਼ਹੀਦੀ ਦਿਨ ਚੱਲ ਰਹੇ ਸੀਗੇ ਕੀ ਦਿ ਦਿਨਾਰੇ ਜੇ ਤੁਹਾਨੂੰ ਪਤਾ ਦੇਖ ਲਓ ਫਿਰ ਬਿਲਕੁਲ ਨਾ ਮਨ ਠੀਕ ਜਾ ਨਹੀਂ ਸੀਗਾ ਸਾਰਾ ਦਿਨ ਸੋਚ-ਸੋਚ ਕੇ ਵੀ ਇੰਨੇ ਕਸ਼ਟ ਕਿਵੇਂ ਸਹੇਗੇ ਕਿਵੇਂ ਆਪਦੇ ਸਿਰ ਦੇ ਉੱਤੇ ਇੰਨਾ ਕੁਝ ਬਰਦਾਸ਼ਤ ਕਰ ਗਏ ਉਹ ਛੋਟੇ-ਛੋਟੇ ਬੱਚੇ ਨੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਤੇ ਆਪਾਂ ਤਾਂ ਦੇਖ ਲਓ ਇੱਕ ਕੰਡਾ ਚੋਵੇ ਤੇ ਬਸ ਆਪਾਂ ਹਾਲ ਦੁਹਾਈ ਕਰ ਦਿੰਨੇ ਆ ਉਹ ਕਿਵੇਂ ਇੰਨਾ ਬਰਦਾਸ਼ਤ ਕਰ ਗਏ ਕੀ ਉਹ ਪ੍ਰਮਾਤਮਾ ਦਾ ਰੂਪ ਸੀਗੇ ਜਿਹੜੇ ਧਰਤੀ ਤੇ ਉਤਰ ਗਏ ਸੀਗੇ ਜਿਹੜੇ ਇੰਨਾ ਬਰਦਾਸ਼ਤ ਕਰ ਗਏ ਹੋਰ ਆਮ ਬੰਦੇ ਦਾ ਇਨਸਾਨ ਦੇ ਗੱਲ ਨਹੀਂ ਬਸ ਦੀ ਗੱਲ ਨਹੀਂ ਹੈਗੀ ਦੇ ਹਾਂਜੀ ਦੋਸਤੋ ਕਾਫੀ ਤਰ੍ਹਾਂ ਤਾਂ ਕੋਈ ਵੀਡੀਓ ਨਹੀਂ ਪਾਈ ਹੈਗੀ ਤੇ ਤੁਹਾਡ ਪਿਛਲੇ ਆ ਵੀਡੀਓ ਪਈਆਂ ਨੇ 2-4 ਤੇ ਜ਼ਿਆਦਾ ਤਾਂ ਮੈਂ ਬਣਾਇਆ ਵੀ ਨਹੀਂ ਹੈਗੀਆਂ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਰੂਰ ਓਕੇ ਜੀ